ਇਸੇ ਤਰ੍ਹਾਂ ਜੇਕਰ ਵਿੱਦਿਅਕ ਅਦਾਰਿਆਂ ਦੀ ਗੱਲ ਚੱਲੀਏ ਤਾਂ ਲੋਸ ਏਂਜਲਸ ਦੇ ਵਿੱਚ ਇੱਕ ਜਿਹੜੀ USC ਦੀ ਜਿਹੜੀ ਸਟੂਡੈਂਟ ਆ ਉਹਨੂੰ ਅਰੈਸਟ ਕੀਤਾ ਗਿਆ। ਉਹਦੇ 'ਤੇ ਦੋਸ਼ ਲੱਗਿਆ ਕਿ ਉਹਨੇ ਪ੍ਰੋਫੈਸਰ ਨੂੰ ਹਿੱਟ ਕੀਤਾ ਇੱਕ ਮੈਟਲ ਵਾਟਰ ਬੋਟਲ ਦੇ ਨਾਲ ਇੱਕ ਕਲਾਸ ਦੇ ਦਰਮਿਆਨ। ਜਿਹੜੀ ਉੱਥੋਂ ਦਾ ਮੀਡੀਆ ਲੋਸ ਏਂਜਲਸ ਦਾ ਇੱਕ ਮੀਡੀਆ ਅਦਾਰਾ, ਉਹਨਾਂ ਨੇ ਕਿਹਾ ਕਿ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਵੱਲੋਂ ਸਾਨੂੰ ਇਹ ਜਾਣਕਾਰੀ ਮਿਲੀ ਹੈ, ਜਿੱਥੋਂ ਅਸੀਂ ਇਹ ਮੇਕਸ਼ੋਰ ਕੀਤਾ ਜਾਂ ਉੱਥੋਂ ਇਹ ਗੱਲ ਦੀ ਪੁਸ਼ਟੀ ਹੋਈ ਹੈ ਕਿ ਇੱਕ ਫੀਮੇਲ ਸਟੂਡੈਂਟ ਜਿਹੜੀ ਆ ਉਹਨੂੰ ਬੁੱਕ ਕੀਤਾ ਗਿਆ ਅਸੋਲਟ ਵਿਦ ਡੈਡਲੀ ਵੈਪਨ ਦੇ ਚਾਰਜਸ ਦੇ ਨਾਲ। ਦੱਸਿਆ ਗਿਆ ਕਿ ਇਹ ਜਿਹੜਾ ਪ੍ਰੋਫੈਸਰ ਜਦੋਂ ਕਲਾਸ ਲੈ ਰਿਹਾ ਸੀਗਾ ਤਾਂ ਉਦੋਂ ਸਟੂਡੈਂਟਸ ਜਿਹੜੇ ਸੀ ਇਸ ਸਟੂਡੈਂਟ ਨੇ ਦੂਜੇ ਸਟੂਡੈਂਟਸ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਪ੍ਰੋਫੈਸਰ ਨੂੰ ਹਜੇ ਆਈਡੈਂਟੀਫਾਈਡ ਜਿਹੜਾ ਉਹ ਨਹੀਂ ਕੀਤਾ ਗਿਆ, ਉਹਦੀ ਜਿਹੜੀ ਆਈਡੈਂਟੀ ਰਿਲੀਜ਼ ਨਹੀਂ ਕੀਤੀ ਗਈ। ਹਾਂ, ਉਹਨੂੰ ਹੋਸਪਿਟਲ ਜ਼ਰੂਰ ਲਿਜਾਣਾ ਪਿਆ। ਉਸ ਤੋਂ ਬਾਅਦ ਸੋਰਸਿਸ ਨੇ ਵੀ ਕਨਫਰਮ ਕੀਤਾ ਕਿ ਉੱਥੇ ਉਹਦੀ ਹਾਲਾਤ ਚਿੰਤਾਜਨਕ ਹੈ, ਨਾ ਕਿ ਸਟੇਬਲ ਦੱਸੀ ਗਈ ਹੈ। ਜੀ ਜੀ, ਇਸੇ ਤਰ੍ਹਾਂ ਜੇਕਰ ਵਿੱਦਿਅਕ ਅਦਾਰਿਆਂ ਦੀ ਗੱਲ ਚੱਲੀਏ ਤਾਂ ਲੋਸ ਏਂਜਲਸ ਦੇ ਵਿੱਚ ਇੱਕ ਜਿਹੜੀ USC ਦੀ ਜਿਹੜੀ ਸਟੂਡੈਂਟ ਹੈ ਉਹਨੂੰ ਅਰੈਸਟ ਕੀਤਾ ਗਿਆ। ਉਹਦੇ 'ਤੇ ਦੋਸ਼ ਲੱਗਿਆ ਕਿ ਉਹਨੇ ਪ੍ਰੋਫੈਸਰ ਨੂੰ ਹਿੱਟ ਕੀਤਾ ਇੱਕ ਮੈਟਲ ਵਾਟਰ ਬੋਟਲ ਦੇ ਨਾਲ ਇੱਕ ਕਲਾਸ ਦੇ ਦਰਮਿਆਨ। ਜਿਹੜੀ ਉੱਥੋਂ ਦਾ ਮੀਡੀਆ ਲੋਸ ਏਂਜਲਸ ਦਾ ਇੱਕ ਮੀਡੀਆ ਅਦਾਰਾ, ਉਹਨਾਂ ਨੇ ਕਿਹਾ ਕਿ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਵੱਲੋਂ ਸਾਨੂੰ ਇਹ ਜਾਣਕਾਰੀ ਮਿਲੀ ਹੈ, ਜਿੱਥੋਂ ਅਸੀਂ ਇਹ ਮੇਕਸ਼ੋਰ ਕੀਤਾ ਜਾਂ ਉੱਥੋਂ ਇਹ ਗੱਲ ਦੀ ਪੁਸ਼ਟੀ ਹੋਈ ਹੈ ਕਿ ਇੱਕ ਫੀਮੇਲ ਸਟੂਡੈਂਟ ਜਿਹੜੀ ਹੈ ਉਹਨੂੰ ਬੁੱਕ ਕੀਤਾ ਗਿਆ ਅਸੋਲਟ ਵਿਦ ਡੈਡਲੀ ਵੈਪਨ ਦੇ ਚਾਰਜਸ ਦੇ ਨਾਲ। ਦੱਸਿਆ ਗਿਆ ਕਿ ਇਹ ਜਿਹੜਾ ਪ੍ਰੋਫੈਸਰ ਜਦੋਂ ਕਲਾਸ ਲੈ ਰਿਹਾ ਸੀਗਾ ਤਾਂ ਉਦੋਂ ਸਟੂਡੈਂਟਸ ਜਿਹੜੇ ਸੀ ਇਸ ਸਟੂਡੈਂਟ ਨੇ ਦੂਜੇ ਸਟੂਡੈਂਟਸ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਪ੍ਰੋਫੈਸਰ ਨੂੰ ਹਜੇ ਆਈਡੈਂਟੀਫਾਈਡ ਜਿਹੜਾ ਉਹ ਨਹੀਂ ਕੀਤਾ ਗਿਆ, ਉਹਦੀ ਜਿਹੜੀ ਆਈਡੈਂਟੀ ਰਿਲੀਜ਼ ਨਹੀਂ ਕੀਤੀ ਗਈ। ਹਾਂ, ਉਹਨੂੰ ਹੋਸਪਿਟਲ ਜ਼ਰੂਰ ਲਿਜਾਣਾ ਪਿਆ। ਉਸ ਤੋਂ ਬਾਅਦ ਸੋਰਸਿਸ ਨੇ ਵੀ ਕਨਫਰਮ ਕੀਤਾ ਕਿ ਉੱਥੇ ਉਹਦੀ ਹਾਲਾਤ ਚਿੰਤਾਜਨਕ ਹੈ, ਨਾ ਕਿ ਸਟੇਬਲ ਦੱਸੀ ਗਈ ਹੈ। ਜੀ ਜੀ, ਇਸੇ ਤਰ੍ਹਾਂ ਜੇਕਰ ਵਿੱਦਿਅਕ ਅਦਾਰਿਆਂ ਦੀ ਗੱਲ ਚੱਲੀਏ ਤਾਂ ਲੋਸ ਏਂਜਲਸ ਦੇ ਵਿੱਚ ਇੱਕ ਜਿਹੜੀ USC ਦੀ ਜਿਹੜੀ ਸਟੂਡੈਂਟ ਹੈ ਉਹਨੂੰ ਅਰੈਸਟ ਕੀਤਾ ਗਿਆ। ਉਹਦੇ 'ਤੇ ਦੋਸ਼ ਲੱਗੇ ਕਿ ਉਹਨੇ ਪ੍ਰੋਫੈਸਰ ਨੂੰ ਹਿੱਟ ਕੀਤਾ ਇੱਕ ਮੈਟਲ ਵਾਟਰ ਬੋਟਲ ਦੇ ਨਾਲ ਇੱਕ ਕਲਾਸ ਦੇ ਦਰਮਿਆਨ। ਜਿਹੜੀ ਉੱਥੋਂ ਦਾ ਮੀਡੀਆ ਲੋਸ ਏਂਜਲਸ ਦਾ ਇੱਕ ਮੀਡੀਆ ਅਦਾਰਾ, ਉਹਨਾਂ ਨੇ ਕਿਹਾ ਕਿ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਵੱਲੋਂ ਸਾਨੂੰ ਇਹ ਜਾਣਕਾਰੀ ਮਿਲੀ ਹੈ, ਜਿੱਥੋਂ ਅਸੀਂ ਇਹ ਮੇਕਸ਼ੋਰ ਕੀਤਾ ਜਾਂ ਉੱਥੋਂ ਇਹ ਗੱਲ ਦੀ ਪੁਸ਼ਟੀ ਹੋਈ ਹੈ ਕਿ ਇੱਕ ਫੀਮੇਲ ਸਟੂਡੈਂਟ ਜਿਹੜੀ ਹੈ ਉਹਨੂੰ ਬੁੱਕ ਕੀਤਾ ਗਿਆ ਅਸੋਲਟ ਵਿਦ ਡੈਡਲੀ ਵੈਪਨ ਦੇ ਚਾਰਜਸ ਦੇ ਨਾਲ। ਦੱਸਿਆ ਗਿਆ ਕਿ ਇਹ ਜਿਹੜਾ ਪ੍ਰੋਫੈਸਰ ਜਦੋਂ ਕਲਾਸ ਲੈ ਰਿਹਾ ਸੀਗਾ ਤਾਂ ਉਦੋਂ ਸਟੂਡੈਂਟਸ ਜਿਹੜੇ ਸੀ ਇਸ ਸਟੂਡੈਂਟ ਨੇ ਦੂਜੇ ਸਟੂਡੈਂਟਸ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਪ੍ਰੋਫੈਸਰ ਨੂੰ ਹਜੇ ਆਈਡੈਂਟੀਫਾਈਡ ਜਿਹੜਾ ਉਹ ਨਹੀਂ ਕੀਤਾ ਗਿਆ, ਉਹਦੀ ਜਿਹੜੀ ਆਈਡੈਂਟੀ ਰਿਲੀਜ਼ ਨਹੀਂ ਕੀਤੀ ਗਈ। ਹਾਂ, ਉਹਨੂੰ ਹੋਸਪਿਟਲ ਜ਼ਰੂਰ ਲਿਜਾਣਾ ਪਿਆ। ਉਸ ਤੋਂ ਬਾਅਦ ਸੋਰਸਿਸ ਨੇ ਵੀ ਕਨਫਰਮ ਕੀਤਾ ਕਿ ਉੱਥੇ ਉਹਦੀ ਹਾਲਾਤ ਚਿੰਤਾਜਨਕ ਹੈ, ਨਾ ਕਿ ਸਟੇਬਲ ਦੱਸੀ ਗਈ ਹੈ। ਜੀ ਜੀ, ਅਗਲੀ ਖਬਰ ਵਿੱਚ ਚਲੀਏ। ਇਨ ਐਂਡ ਆਊਟ ਨੇ ਕੈਲੀਫੋਰਨੀਆ ਦੇ ਕੁਛ ਜਿਹੜੇ ਰੈਸਟੋਰੈਂਟਸ ਆ ਉਹਨਾਂ ਨੂੰ ਉਹਨਾਂ ਦੇ ਉੱਤੇ ਲਾਸੂਟ ਫਾਈਲ ਕੀਤਾ ਵੀ ਉਹ ਜਿਹੜੇ ਰੈਸਟੋਰੈਂਟਸ ਆ ਸਾਡੇ ਮੈਨਿਊ ਨੂੰ ਯੂਜ਼ ਕਰ ਰਹੇ ਆ ਤੇ ਉਹ ਰੈਸਟੋਰੈਂਟਸ ਨੂੰ ਸੀਜ਼ ਤੇ ਡਿਜ਼ਸਟ ਜਿਹੜੇ ਆਰਡਰ ਆ ਉਹ ਕੀਤੇ ਗਏ, ਉਹਨਾਂ ਨੂੰ ਲੈਟਰ ਇਸ਼ੂ ਕੀਤਾ ਗਿਆ ਵੀ ਇਹ ਜਿਹੜੀ ਪ੍ਰੈਕਟਿਸ ਆ ਇਸ ਨੂੰ ਬੰਦ ਕਰੋ। ਸੈਨ ਡੀਗੋ ਦੇ ਵਿੱਚ ਨੌਰਥ ਪਾਰਕ ਨੇਬਰਹੁੱਡ ਦੇ ਵਿੱਚ ਇੱਕ ਰੈਸਟੋਰੈਂਟ ਆ, ਉਹਨਾਂ ਨੇ ਕਹਿੰਦੇ ਵੀ ਆਪਣੇ ਜਿਹੜਾ ਮੈਨਿਊ ਆ ਉਹ ਡਬਲ ਡਬਲ ਐਨੀਮਲ ਫਰਾਈਜ਼ ਜਿਹੜੇ ਕਿ ਦੋਨੋਂ ਹੀ ਬਹੁਤ ਇਨ ਐਂਡ ਆਊਟ ਦੇ ਵਿੱਚ ਪਾਪੂਲਰ ਹੈਗੇ ਆ ਉਹ ਨਾਂ ਰੱਖਿਆ ਹੈਗਾ। ਤੇ ਰੈਸਟੋਰੈਂਟ ਨੇ ਕਿਹਾ ਜਦੋਂ ਸਾਨੂੰ ਚਿੱਠੀ ਮਿਲ ਗਈ ਵੀ ਹੁਣ ਇਹ ਤਾਂ ਨਾ ਹੀ ਆ ਵੀ ਇਹਦਾ ਮਤਲਬ ਇਹ ਥੋੜਾ ਵੀ ਅਸੀਂ ਸਾਰਾ ਕੁਛ ਚੋਰੀ ਕਰ ਲਿਆ, ਪਰ ਜੇ ਇਨ ਐਂਡ ਆਊਟ ਵਾਲੇ ਕਹਿੰਦੇ ਆ ਵੀ ਨਹੀਂ ਜੀ ਨਾਂ ਨਹੀਂ ਚਾਹੁੰਦੇ ਤੇ ਅਸੀਂ ਇਸਦਾ ਨਾਂ